ਅਕਬਰ ਕਈ ਵਾਰ ਅਜੀਬ ਚੀਜ਼ਾਂ ਦੀ ਮੰਗ ਕਰਦਾ ਸੀ। ਇੱਕ ਦਿਨ ਉਸ ਨੇ ਬੀਰਬਲ ਨੂੰ ਇੱਕ ਅਜੀਬੋ ਗਰੀਬ ਹੁਕਮ ਦਿੱਤਾ ਕਿ ਉਸ ਨੂੰ ਇੱਕ ਮਹੀਨੇ ਵਿੱਚ ਆਪਣੇ ਰਾਜੇ ਵਿੱਚ 6 ਸਭ ਤੋਂ ਵੱਡੇ ਮੂਰਖਾਂ ਨੂੰ ਲੱਭ ਲਿਆਇਆ ਜਾਵੇ। ਬੀਰਬਲ ਨੇ ਸਤਿਕਾਰ ਨਾਲ ਅਕਬਰ ਦੇ ਹੁਕਮ ਨੂੰ ਮੰਨ ਲਿਆ ਅਤੇ ਹੁਕਮ ਨੂੰ ਲਾਗੂ ਕਰਨ ਲਈ ਜੱਗ ਛੱਡ ਦਿੱਤਾ। ਜਦੋਂ ਉਹ ਆਪਣੇ ਘੋੜੇ 'ਤੇ ਸਵਾਰ ਹੋ ਕੇ ਲੋਕਾਂ ਨੂੰ ਲੱਭ ਰਿਹਾ ਸੀ ਤਾਂ ਪਹਿਲਾਂ ਉਸ ਦੀ ਮੁਲਾਕਾਤ ਰਾਮੂ ਨਾਮ ਦੇ ਇੱਕ ਆਦਮੀ ਨਾਲ ਹੋਈ ਜੋ ਗਧੇ 'ਤੇ ਬੈਠਾ ਸੀ ਅਤੇ ਆਪਣੇ ਸਿਰ 'ਤੇ ਕਹਾ ਚੱਕ ਰਿਹਾ ਸੀ। ਇਹ ਕਿ ਇਹ ਗਰੀਬ ਜਾਨਵਰ ਦਾ ਭਾਰ ਵੰਡਾਉਣ ਵਿੱਚ ਮਦਦ ਕਰੇਗਾ। ਫਿਰ ਉਹ ਦੋ ਲੋਕ ਚੰਗਾ ਅਤੇ ਮੰਗੂ ਨੂੰ ਮਿਲਿਆ ਜੋ ਲੜ ਰਹੇ ਸਨ ਅਤੇ ਕਿਉਂਕਿ ਚੰਗੂ ਨੇ ਕਿਹਾ ਸੀ ਕਿ ਉਹ ਮੰਗੂ ਦੀ ਕਾਲਪਨਿਕ ਗਾਂ ਅਤੇ ਆਪਣੇ ਕਾਲਪਨਿਕ ਬਾਗ ਛੱਡ ਦੇਵੇਗਾ ਜੋ ਉਹ ਦੇਵਤਾ ਤੋਂ ਤੋਹਫ਼ਾ ਵਜੋਂ ਪ੍ਰਾਪਤ ਕਰਨ ਜਾ ਰਹੇ ਹਨ। ਸ਼ਾਮ ਨੂੰ ਬੀਰਬਲ ਕਿਸੇ ਅਜਿਹੇ ਵਿਅਕਤੀ ਨੂੰ ਮਿਲਿਆ ਜੋ ਪ੍ਰਕਾਸ਼ ਖੇਤਰ ਵਿੱਚ ਆਪਣੀ ਗੁਆਚੀ ਹੋਈ ਅੰਗੂਠੀ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਅਸਲ ਵਿੱਚ ਮੁੰਦਰੀ ਇੱਕ ਦੂਰ ਦਰਖਤ ਦੇ ਕੋਲ ਡਿੱਗੀ ਗਈ ਸੀ। ਪਰ ਕਿਉਂਕਿ ਉੱਥੇ ਕਾਫ਼ੀ ਹਨੇਰਾ ਸੀ ਤਾਂ ਆਦਮੀ ਨੇ ਇਸ ਦੀ ਬਜਾਏ ਇੱਕ ਰੋਸ਼ਨੀ ਵਾਲੇ ਖੇਤਰ ਵਿੱਚ ਰਿੰਗ ਲੱਭਣ ਬਾਰੇ ਸੋਚਿਆ। ਬੀਰਬਲ ਉਹਨਾਂ ਚਾਰਾਂ ਨੂੰ ਅਗਲੇ ਦਿਨ ਅਕਬਰ ਕੋਲ ਲੈ ਗਿਆ। ਜਦੋਂ ਅਕਬਰ ਨੇ ਪੁੱਛਿਆ ਕਿ ਬਾਕੀ ਦੋ ਮੂਰਖ ਕੌਣ ਹਨ ਤਾਂ ਬੀਰਬਲ ਨੇ ਅਜਿਹਾ ਯਤਨ ਕਰਨ ਲਈ ਆਪਣੇ ਵੱਲੋਂ ਅਤੇ ਬਾਦਸ਼ਾਹ ਅਕਬਰ ਵੱਲ ਇਸ਼ਾਰਾ ਕੀਤਾ।